ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਜੀ ਚੈਨਲ ਜੁਗਲੂ ਐਜੂਕੇਸ਼ਨ ਵਿੱਚ। ਜਿਹੜੀ ਕਿ ਆਪਾਂ ਅੰਗਰੇਜ਼ੀ ਸਿੱਖੋ ਵਾਲੀ ਸੀਰੀਜ਼ ਚਲਾਈ ਹੋਈ ਹੈ, ਅੱਜ ਆਪਾਂ ਜਿਹੜਾ ਟੌਪਿਕ ਕਰਨ ਜਾ ਰਹੇ ਹਾਂ ਉਸ ਦੇ ਅੰਡਰ, ਉਹ ਆ ਟਾਈਪਸ ਆਫ ਸੈਂਟੈਂਸ। ਪਿਛਲੀ ਵੀਡੀਓ ਤੱਕ ਆਪਾਂ ਸੈਂਟੈਂਸ ਕਿਵੇਂ ਬਣਾਉਣਾ ਉਹ ਪੜ੍ਹ ਚੁੱਕੇ ਹਾਂ, ਹੁਣ ਅੱਗੇ ਜਿਹੜੇ ਸੈਂਟੈਂਸ ਨੇ ਉਹ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਉਹ ਕਰਾਂਗੇ, ਅਤੇ ਉਹ ਬਣਾਉਣੇ ਕਿਵੇਂ ਨੇ। ਸਭ ਤੋਂ ਪਹਿਲਾਂ ਸਾਡੇ ਕੋਲ ਹੁੰਦਾ ਜੀ ਐਫਰਮੇਟਿਵ, ਇਹਨੂੰ ਕਹਿੰਦੇ ਹੁੰਦੇ ਹਾਂ ਅਸੀਂ ਹਾਂ ਵਾਚਕ ਸੈਂਟੈਂਸ ਪੰਜਾਬੀ ਦੇ ਵਿੱਚ, ਹਾਂ ਵਾਚਕ ਵਾਕ। ਅੱਗੇ ਸਾਡੇ ਕੋਲ ਹੁੰਦਾ ਨੈਗੇਟਿਵ, ਜਿਹਨੂੰ ਕਹਿੰਦੇ ਹੁੰਦੇ ਹਾਂ ਨਾ ਵਾਚਕ। ਅੱਗੇ ਸਾਡੇ ਕੋਲ ਹੁੰਦਾ ਇੰਟਰੋਗੇਟਿਵ, ਇਹਨੂੰ ਅਸੀਂ ਕਹਿੰਦੇ ਹੁੰਦੇ ਹਾਂ ਪ੍ਰਸ਼ਨ ਵਾਚਕ, ਜਿਹੜੇ ਵਾਕ ਦੇ ਵਿੱਚ ਪ੍ਰਸ਼ਨ ਪੁੱਛਿਆ ਜਾਵੇ। ਪਹਿਲਾਂ ਸਾਡੇ ਕੋਲ ਆ ਗਿਆ ਐਫਰਮੇਟਿਵ, ਇਹਦੇ ਵਿੱਚ ਸਭ ਤੋਂ ਪਹਿਲਾਂ ਸਬਜੈਕਟ ਲੱਗਦਾ, ਉਹ ਤੋਂ ਬਾਅਦ ਜਿਹੜਾ ਪੰਜਾਬੀ ਦਾ ਵਾਕ ਹੁੰਦਾ ਸਾਡੇ ਕੋਲ ਉਹਨੂੰ ਪਿੱਛੋਂ ਸ਼ੁਰੂ ਕਰ ਦਿਓ ਅੰਗਰੇਜ਼ੀ ਦੇ ਵਿੱਚ ਕਨਵਰਟ ਕਰਨਾ, ਤਾਂ ਸਾਡੇ ਕੋਲ ਇਹ ਵਾਕ ਬਣ ਜੂਗਾ। ਉਦਾਹਰਨ ਵਜੋਂ ਆਪਾਂ ਕਰ ਲੈਂਦੇ ਹਾਂ, ਪਹਿਲਾਂ ਗੱਬਰ ਅਖਬਾਰ ਪੜ੍ਹ ਸਕਦਾ ਹੈ, ਇਹ ਸਾਡੇ ਕੋਲ ਹਾਂ ਵਾਚਕ ਵਾਕ ਆ ਗਿਆ। ਇੱਕ ਸਭ ਤੋਂ ਪਹਿਲਾਂ ਆਪਾਂ ਕਿਹਾ ਇੱਥੇ ਸਬਜੈਕਟ ਲਿਖਣਾ, ਆਪਾਂ ਲਿਖਤਾ ਗੱਬਰ, ਸਬਜੈਕਟ ਹੁੰਦਾ ਕਰਤਾ, ਇਹ 'ਚ ਕੌਣ ਕੰਮ ਕਰ ਰਿਹਾ, ਗੱਬਰ, ਠੀਕ ਹੈ ਜੀ, ਗੱਬਰ ਲਿਖਤਾ ਆਪਾਂ। ਉਸ ਤੋਂ ਬਾਅਦ ਆਪਾਂ ਕਿਹਾ ਵੀ ਪਿੱਛੋਂ ਸ਼ੁਰੂ ਕਰੋ, ਪਿੱਛੋਂ ਵਾਕ ਸਕਦਾ ਹੈ ਦਾ ਮਤਲਬ ਕੀ ਹੁੰਦਾ ਕੈਨ, ਆਪਾਂ ਕੈਨ ਲਾਤਾ। ਪੜ੍ਹਦਾ ਮਤਲਬ ਕੀ ਹੁੰਦਾ ਰੀਡ, ਆਪਾਂ ਰੀਡ ਲਾਤਾ। ਅਖਬਾਰ ਦਾ ਮਤਲਬ ਕੀ ਹੁੰਦਾ ਨਿਊਜ਼ ਪੇਪਰ, ਆਪਾਂ ਨਿਊਜ਼ ਪੇਪਰ ਲਾਤਾ। ਇਹ ਬਣ ਗਿਆ ਗੱਬਰ ਕੈਨ ਰੀਡ ਨਿਊਜ਼ ਪੇਪਰ, ਠੀਕ ਹੈ ਜੀ, ਹਾਂ ਵਾਚਕ ਵਾਕ ਸਾਡੇ ਕੋਲ ਬਣ ਗਿਆ। ਹੁਣ ਅੱਗੇ ਆ ਗਿਆ ਸਾਡੇ ਕੋਲ ਨਾ ਵਾਚਕ, ਜਿਹਨੂੰ ਆਪਾਂ ਨੈਗੇਟਿਵ ਕਹਿ ਦਿੰਦੇ ਇੰਗਲਿਸ਼ 'ਚ। ਇਹਦੇ 'ਚ ਇੱਕ ਸਿੰਪਲ ਜਿਹਾ ਰੂਲ ਆ, ਬੇਸਿਕ ਜਿਹਾ ਜਨਰਲ ਜਿਹਾ, ਸਾਰੇ ਥਾਵਾਂ 'ਤੇ ਲਗਭਗ ਐਂ ਹੁੰਦਾ ਕਿ ਤੁਸੀਂ ਤੀਜੇ ਨੰਬਰ 'ਤੇ ਨੋਟ ਲਾ ਦੇਣਾ। ਹੁਣ ਆਪਾਂ ਦੇਖਦੇ ਹਾਂ ਵਾਕ, ਆਪਾਂ ਜਿਹੜਾ ਆਪਾਂ ਹਾਂ ਵਾਚਕ ਵਾਕ ਬਣਾਇਆ ਹੁੰਦਾ ਨਾ, ਉਹਦੇ 'ਚ ਤੀਜੇ ਨੰਬਰ 'ਤੇ ਨੋਟ ਲਾ ਦਿਓ, ਤਾਂ ਸਾਡੇ ਕੋਲ ਨਾ ਵਾਚਕ ਆ ਜੂਗਾ। ਜਿਵੇਂ ਗੱਬਰ ਅਖਬਾਰ ਨਹੀਂ ਪੜ੍ਹ ਸਕਦਾ ਹੈ, ਇਹ ਤਾਂ ਸਾਡੇ ਕੋਲ ਪੰਜਾਬੀ 'ਚ ਆ ਗਿਆ। ਆਪਾਂ ਇੰਗਲਿਸ਼ 'ਚ ਉਰੇ ਹਾਂ ਵਾਚਕ ਬਣਾਇਆ ਸੀ ਗੱਬਰ ਕੈਨ ਰੀਡ ਨਿਊਜ਼ ਪੇਪਰ, ਪਹਿਲਾ ਦੂਜਾ ਇੱਥੇ ਤੀਜੀ ਥਾਂ 'ਤੇ ਲਾ ਦਿਓ ਨੋਟ, ਗੱਬਰ ਕੈਨ ਨੋਟ ਰੀਡ ਨਿਊਜ਼ ਪੇਪਰ, ਵਾਕ ਉਹੀ ਰਹੂਗਾ ਪਰ ਇੱਥੇ ਸਾਡੇ ਕੋਲ ਨਾ ਵਾਚਕ ਆ ਗਿਆ ਕਿ ਗੱਬਰ ਅਖਬਾਰ ਨਹੀਂ ਪੜ੍ਹ ਸਕਦਾ, ਮਤਲਬ ਨਾ ਵਾਚਕ ਜਵਾ ਗਿਆ ਇਹ ਵਾਕ ਦਾ। ਅੱਗੇ ਸਾਡੇ ਕੋਲ ਆ ਗਿਆ ਇੰਟਰੋਗੇਟਿਵ, ਇਹ ਹੁੰਦਾ ਪ੍ਰਸ਼ਨ ਵਾਚਕ, ਜਿਹੜੇ ਵਾਕ 'ਚ ਪ੍ਰਸ਼ਨ ਪੁੱਛਿਆ ਜਾਵੇ। ਹੁਣ ਸਭ ਤੋਂ ਪਹਿਲਾਂ ਇਹਦੇ 'ਚ ਆਪਾਂ ਕੀ ਕਰਨਾ ਹੁੰਦਾ, ਸਭ ਤੋਂ ਪਹਿਲਾਂ ਹੈਲਪਿੰਗ ਵਰਬ ਲਿਖ ਦਿਓ, ਉਸ ਤੋਂ ਬਾਅਦ ਬਾਕੀ ਸਾਰਾ ਸੇਮ। ਹੈਲਪਿੰਗ ਵਰਬ ਕਿਹੜੇ ਕਿਹੜੇ ਸੀ ਆਪਾਂ ਕਰੇ ਸੀ ਨਾ, ਇਜ਼, ਐਮ ਆਰ, ਕੁੱਡ, ਸ਼ੁੱਡ, ਵੁੱਡ, ਸਾਰੇ ਉਹ ਜਿਹੜੇ ਕਰੇ ਸੀ ਹੈਲਪਿੰਗ ਵਰਬ, ਉਹਨਾਂ ਦੀ ਲਿਸਟ ਇੱਕ ਵਾਰੀ ਦੇਖ ਲਿਓ। ਜਿਹੜਾ ਵਾਕ ਦੇ ਵਿੱਚ ਇੱਥੇ ਹੈਲਪਿੰਗ ਵਰਬ ਲੱਗਿਆ ਹੁੰਦਾ ਉਹਨੂੰ ਕੱਢ ਕੇ ਪਹਿਲੇ ਨੰਬਰ 'ਤੇ ਲਿਖ ਦਿਓ, ਬਾਕੀ ਵਾਕ ਸੇਮ ਲਿਖ ਦਿਓ। ਆਪਾਂ ਦੇਖਦੇ ਹਾਂ ਕਿਵੇਂ ਕਰਿਆ, ਇਹਦੇ 'ਚ ਹੈਲਪਿੰਗ ਵਰਬ ਕੈਨ ਆ, ਕੈਨ ਨੂੰ ਕੱਢ ਕੇ ਆਪਾਂ ਪਹਿਲੇ ਨੰਬਰ 'ਤੇ ਲਿਖਤਾ, ਬਾਕੀ ਕੀ ਬਚ ਗਿਆ, ਗੱਬਰ ਰੀਡ ਨਿਊਜ਼ ਪੇਪਰ, ਗੱਬਰ ਰੀਡ ਨਿਊਜ਼ ਪੇਪਰ, ਮੂਹਰੇ ਕੈਨ ਲੱਗ ਗਿਆ ਕੈਨ ਗੱਬਰ ਰੀਡ ਨਿਊਜ਼ ਪੇਪਰ, ਪਿੱਛੇ ਕੁਐਸਚਨ ਮਾਰਕ ਆ ਗਿਆ ਕਿਉਂਕਿ ਪ੍ਰਸ਼ਨ ਪੁੱਛਿਆ ਜਾ ਰਿਹਾ, ਇਹ ਪ੍ਰਸ਼ਨ ਵਾਚਕ ਹੈ, ਠੀਕ ਹੈ ਜੀ। ਇਹ ਸੀਗੇ ਸਾਡੇ ਕੋਲ ਤਿੰਨ ਟਾਈਪਸ ਦੇ ਸੈਂਟੈਂਸ। ਹੁਣ ਆਪਾਂ ਪ੍ਰੈਕਟਿਸ ਲਈ, ਇਹ ਤਾਂ ਆਪਾਂ ਸਿੰਪਲ ਸੈਂਟੈਂਸਾਂ 'ਤੇ ਪ੍ਰੈਕਟਿਸ ਕਰ ਲਈ, ਇੱਕ ਆਪਾਂ ਕੰਪਲੈਕਸ ਸੈਂਟੈਂਸ, ਇਹੀ ਸੈਂਟੈਂਸ ਨੂੰ ਕੰਪਲੈਕਸ ਬਣਾ ਲੈਂਦੇ ਹਾਂ ਅਤੇ ਉਹ 'ਤੇ ਪ੍ਰੈਕਟਿਸ ਕਰਕੇ ਦੇਖਦੇ ਹਾਂ, ਠੀਕ ਹੈ ਜੀ। ਹੁਣ ਅੱਗੇ ਆਪਾਂ ਇੱਕ ਕੰਪਲੈਕਸ ਸੈਂਟੈਂਸ ਲੈ ਲਿਆ, ਇੱਕ ਵੱਡਾ ਸਾਰਾ ਸੈਂਟੈਂਸ ਲੈ ਲਿਆ ਕਿ ਗੱਬਰ ਏਕਮ ਨਾਲੋਂ ਤੇਜ਼ ਅਖਬਾਰ ਪੜ੍ਹ ਸਕਦਾ ਹੈ। ਹੁਣ ਆਪਾਂ ਦੇਖਦੇ ਹਾਂ ਜਿਹੜਾ ਆਪਾਂ ਰੂਲ ਕਰਿਆ ਸੀਗਾ, ਜਨਰਲ ਜਿਹਾ ਰੂਲ ਆ ਇਹ ਕਦੇ ਵੀ ਕੰਪਲਸ਼ਨ ਨਹੀਂ ਹੁੰਦੀ ਕਿ ਜਿਹੜਾ ਆਪਾਂ ਰੂਲ ਬਣਾਈਏ ਉਹ ਹਰ ਚੀਜ਼ 'ਤੇ ਲਾਗੂ ਹੋਵੇ, ਪਰ ਉਹ ਮੋਰ ਦੈਨ 90% 'ਤੇ ਲਾਗੂ ਹੋਊਗਾ, ਤਾਂ ਆਪਾਂ ਨੂੰ ਉਹ ਰੂਲ ਆਪਣੇ ਦਿਮਾਗ ਦੇ ਵਿੱਚ ਬਿਠਾ ਲੈਣਾ ਚਾਹੀਦਾ। ਹੁਣ ਆਪਾਂ ਉਹ ਰੂਲ ਦੇਖਦੇ ਹਾਂ ਇੱਥੇ ਲਾਗੂ ਹੁੰਦਾ ਕਿ ਨਾ। ਪਹਿਲਾਂ ਆਪਾਂ ਕੀ ਕੀਤਾ ਸੀਗਾ ਵੀ ਸਬਜੈਕਟ ਲਿਖਣਾ, ਪਹਿਲਾਂ ਆਪਾਂ ਪੰਜਾਬੀ ਦਾ ਵਾਕ ਪੜ੍ਹਨਾ, ਉਹਦੇ 'ਚੋਂ ਸਬਜੈਕਟ ਲੱਭਣਾ, ਅਤੇ ਉਹਦੇ ਬਾਅਦ ਪਿੱਛੋਂ ਪਲੱਸ ਪਿੱਛੋਂ ਟ੍ਰਾਂਸਲੇਸ਼ਨ ਸ਼ੁਰੂ ਕਰਨੀ ਹੈ। ਹੁਣ ਆਪਾਂ ਇਹਦੇ ਵਿੱਚ ਸਬਜੈਕਟ ਕੀ ਸੀ, ਗੱਬਰ ਆ, ਜਿਹੜਾ ਏਕਮ ਤੋਂ ਤੇਜ਼ ਅਖਬਾਰ ਪੜ੍ਹ ਸਕਦਾ ਗੱਬਰ, ਸਬਜੈਕਟ ਆਪਾਂ ਲਿਖਤਾ। ਹੁਣ ਆਪਾਂ ਪਿੱਛੇ ਚੱਲਦੇ ਹਾਂ, ਸਕਦਾ ਹੈ ਸਾਡੇ ਕੋਲ ਆ ਗਿਆ ਕੈਨ, ਪੜ੍ਹਦਾ ਅਸੀਂ ਬਣਾਤਾ ਰੀਡ, ਅਖਬਾਰ ਦਾ ਅਸੀਂ ਬਣਾਤਾ ਨਿਊਜ਼ ਪੇਪਰ, ਤੇਜ਼ ਦਾ ਬਣਾਤਾ ਕਿਉਂਕਿ ਨਾਲੋਂ ਤੇਜ਼ ਲਿਖਿਆ ਤਾਂ ਫਾਸਟ ਦਾ ਫਾਸਟਰ, ਨਾਲੋਂ ਦਾ ਬਣ ਗਿਆ ਦੈਨ, ਏਕਮ ਦਾ ਬਣ ਗਿਆ ਏਕਮ। ਗੱਬਰ ਕੈਨ ਰੀਡ ਨਿਊਜ਼ ਪੇਪਰ ਫਾਸਟਰ ਦੈਨ ਏਕਮ, ਇਹ ਬਣ ਗਿਆ ਸੈਂਟੈਂਸ। ਕਿੰਨਾ ਈਜ਼ੀ ਹੋ ਗਿਆ, ਸਾਨੂੰ ਪਹਿਲਾਂ ਸਬਜੈਕਟ ਲਿਖਤਾ, ਮਗਰੋਂ ਆਪਾਂ ਸਾਰੀ ਟ੍ਰਾਂਸਲੇਸ਼ਨ ਸਟਾਰਟ ਕਰਤੀ।
ਹੁਣ ਜਦੋਂ ਆਪਾਂ ਨੈਗੇਟਿਵ ਬਣਾਉਣਾ ਨੈਗੇਟਿਵ ਦਾ ਆਪਾਂ ਕੀ ਰੂਲ ਕਰਿਆ ਸੀ ਵੀ ਥਰਡ ਤੇ ਨਾਟ ਲਾ ਦਿਓ ਇਹਦੇ ਚ ਆਪਾਂ ਪਹਿਲਾ ਦੂਜਾ ਇੱਥੇ ਆਪਾਂ ਨਾਟ ਲਾਉਣਾ ਠੀਕ ਹੈ ਜੀ ਤਾਂ ਇਹ ਬਣ ਜਾਊਗਾ ਸਾਡੇ ਕੋਲੇ ਨੈਗੇਟਿਵ ਸੈਂਟੈਂਸ ਗੱਬਰ ਕੈਨ ਨਾਟ ਰੀਡ ਨਿਊਜ਼ਪੇਪਰ ਫਾਸਟਰ ਦੈਨ ਏਕਮ ਬਣ ਗਿਆ ਜੀ ਹੁਣ ਆਪਾਂ ਜਿਹੜਾ ਤੀਜਾ ਸੀਗਾ ਪ੍ਰਸ਼ਨਵਾਚਕ ਉਹਦੇ ਵਿੱਚ ਕੀ ਕਰਿਆ ਸੀ ਆਪਾਂ ਕਰਿਆ ਸੀ ਵੀ ਹੈਲਪਿੰਗ ਵਰਬ ਨੂੰ ਲੱਭੋ ਹੈਲਪਿੰਗ ਵਰਬ ਲਿਖੋ ਅਤੇ ਪਲੱਸ ਸੇਮ ਬਾਕੀ ਸਾਰਾ ਉਤਲਾ ਸੈਂਟੈਂਸ ਸੇਮ ਆ ਆਹ ਸੈਂਟੈਂਸ ਦੇ ਵਿੱਚ ਹੈਲਪਿੰਗ ਵਰਬ ਸਾਡੇ ਕੋਲ ਕੀ ਹੈ ਕੈਨ ਕੈਨ ਆਪਾਂ ਅੱਗੇ ਕੱਢ ਕੇ ਲਿਖਤਾ ਹੈਲਪਿੰਗ ਵਰਬ ਉਸ ਤੋਂ ਬਾਅਦ ਗੱਬਰ ਰੀਡ ਨਿਊਜ਼ ਪੇਪਰ ਫਾਸਟਰ ਦੈਨ ਏਕਮ ਇਹ ਲਿਖਤਾ ਗੱਬਰ ਰੀਡ ਨਿਊਜ਼ ਪੇਪਰ ਫਾਸਟਰ ਦੈਨ ਏਕਮ ਅਤੇ ਪਿੱਛੇ ਲਾਤਾ ਕੁਸ਼ਚਨ ਮਾਰਕ ਕੈਨ ਗੱਬਰ ਰੀਡ ਨਿਊਜ਼ ਪੇਪਰ ਫਾਸਟਰ ਦੈਨ ਏਕਮ ਇਹ ਬਣ ਗਿਆ ਸਾਡੇ ਕੋਲ ਪ੍ਰਸ਼ਨਵਾਚਕ ਉਮੀਦ ਕਰਦੇ ਹਾਂ ਕਿ ਟਾਈਪਸ ਆਫ ਸੈਂਟੈਂਸਿਸ ਨੇ ਜਿਹੜੇ ਇਹ ਹੈ ਕਿਹੜੇ ਨੇ ਅਤੇ ਇਹ ਬਣਾਉਣੇ ਕਿਵੇਂ ਨੇ ਕਿਹੜਾ ਤਰੀਕਾ ਗਾ ਸਿੰਪਲ ਜਿਹਾ ਉਹ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋਊਗਾ ਫਿਰ ਵੀ ਜੇ ਕੋਈ ਪ੍ਰੋਬਲਮ ਆ ਤਾਂ ਤੁਸੀਂ ਕਮੈਂਟ ਕਰਕੇ ਪੁੱਛੋ ਤਾਂ ਆਪਾਂ ਤੁਹਾਨੂੰ ਜਲਦੀ ਤੋਂ ਜਲਦੀ ਉਹਦਾ ਉੱਤਰ ਦੇਵਾਂਗੇ ਰਿਪਲਾਈ ਕਰਾਂਗੇ ਇੱਕ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀ ਆਪਣੀ ਇਹ ਸੀਰੀਜ਼ ਚੱਲੀ ਹੋਈ ਹੈ ਤੁਸੀਂ ਉਹਦੇ ਨਾਲ ਜੁੜੇ ਰਹੋ ਅਤੇ ਨਾਲ ਨਾਲ ਤੁਸੀਂ ਸਾਰੀਆਂ ਵੀਡੀਓਜ਼ ਦੇਖਦੇ ਰਹੋ ਅਗਲੀ ਵੀਡੀਓ ਲੈ ਕੇ ਜਲਦੀ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ